ਘੁੰਮਣ ਲਾਈਵ ਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਅੱਜ ਅਸੀਂ ਤੁਹਾਡੇ ਨਾਲ ਅਜਿਹੀ ਸ਼ਖਸੀਅਤ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਹੜਾ ਕਿ ਇਹ ਪਰਿਵਾਰ ਕਾਫੀ ਹਲਟ ਦੌੜ ਨਾਲ ਅਤੇ ਬਲਦਾਂ ਦਾ ਸ਼ੌਂਕ ਰੱਖਦਾ ਹੈ, ਅਤੇ ਹਰਜਿੰਦਰ ਸਿੰਘ ਸੰਘਾ ਖਾਲਸਾ ਜੋ ਕਿ ਵਿਸ਼ੇਸ਼ ਤੌਰ 'ਤੇ ਅਮਰੀਕਾ ਤੋਂ ਆਪਣੇ ਪਿਤਾ ਜੀ ਸਵਰਗਵਾਸੀ ਖੇਰ ਸਿੰਘ ਸੰਘਾ ਖਾਲਸਾ ਅਤੇ ਉਹਨਾਂ ਦੀ ਯਾਦ ਵਿੱਚ ਹਲਟ ਦੌੜ ਦਾ ਮੇਲਾ ਕਰਵਾਉਣ ਲਈ ਆਪਣੇ ਪਿੰਡ ਸੰਘਾ ਖਾਲਸਾ ਵਿਖੇ ਆਏ ਹੋਏ ਸੀ। ਅਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਹਰਜਿੰਦਰ ਸਿੰਘ ਸੰਘਾ ਜਿਨ੍ਹਾਂ ਨਾਲ ਅਸੀਂ ਪਿਆਰ ਨਾਲ ਬੱਬੂ ਅੰਕਲ ਜੀ ਵੀ ਕਹਿੰਦੇ ਹਾਂ। ਆਓ ਗੱਲਬਾਤ ਕਰਦੇ ਹਾਂ ਜੀ ਉਹਨਾਂ ਨਾਲ, ਹਰਜਿੰਦਰ ਸਿੰਘ ਸੰਘਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਘੁੰਮਣ ਲਾਈਵ ਟੀ ਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਸ ਖੇਡ ਮੇਲਿਆਂ ਵਾਸਤੇ ਇਹ ਜਿਹੜੀ ਇੰਟਰਵਿਊ ਦਾ ਸਿਸਟਮ ਹੈ ਸ਼ੁਰੂ ਕੀਤਾ। ਅੱਜ ਅਸੀਂ ਸਵਰਗਵਾਸੀ ਸਰਦਾਰ ਕੇਰ ਸਿੰਘ ਸੰਘੇ ਖਾਲਸਾ ਦੇ ਘਰ ਪਹੁੰਚੇ ਹਾਂ, ਅਤੇ ਹੁਣ ਅਸੀਂ ਬੱਬੂ ਵੀਰ ਨਾਲ ਉਸ ਇਸ ਪਰਿਵਾਰ ਦੇ ਬਾਰੇ ਗੱਲਬਾਤ ਕਰਾਂਗੇ ਵੀ ਕਦੋਂ ਤੋਂ ਇਹ ਹਲਟ ਦੀਆਂ ਦੌੜਾਂ ਜਾਂ ਬਲਦਾਂ ਦਾ ਸ਼ੌਂਕ ਰੱਖਣ ਲੱਗੇ ਆ। ਕੋਈ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਘੁੰਮਣ ਲਾਈਵ ਟੀ ਵੀ ਵਾਲਿਆਂ ਦਾ ਧੰਨਵਾਦ, ਅਤੇ ਬਾਕੀ ਜੀ ਸਾਡੇ ਬੜੇ ਵੀਰ ਸਰਦਾਰ ਕਸ਼ਮੀਰ ਸਿੰਘ ਪੱਦੀ ਜਗੀਰ, ਅਤੇ ਇਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਜਿਹੜਾ ਸਾਡੇ ਘਰ ਦੇ ਵਿੱਚ ਆਏ ਆ ਇੰਟਰਵਿਊ ਲੈਣ। ਹਰਜਿੰਦਰ ਸਿੰਘ ਬੱਬੂ ਜੀ, ਆਪਣਾ ਜਨਮ ਕਦੋਂ ਅਤੇ ਕਿਹੜੇ ਪਿੰਡ ਦੇ ਵਿੱਚ ਹੋਇਆ? ਮੇਰਾ ਜਨਮ ਜੀ ਪਿੰਡ ਸੰਘੇ ਖਾਲਸਾ 1 ਜਨਵਰੀ 1966 ਵਿੱਚ ਹੋਇਆ। ਬੱਬੂ ਵੀਰ ਜੀ, ਹੁਣ ਤੁਸੀਂ ਆਪਣੀ ਪੜ੍ਹਾਈ ਬਾਰੇ ਸਾਨੂੰ ਦੱਸੋ ਵੀ ਪੜ੍ਹਾਈ ਤੁਸੀਂ ਕਿੱਥੇ ਕਿੱਥੇ ਕੀਤੀ, ਕਿੰਨੀਆਂ ਕਲਾਸਾਂ ਪੜ੍ਹੇ ਆ ਜੀ? ਮੈਂ ਜੀ ਪ੍ਰਾਇਮਰੀ ਸਕੂਲ ਪਿੰਡ ਹੀ ਸਾਡੇ ਸੰਘਾ ਸੰਘੇ ਖਾਲਸਾ ਜੀ, ਅਤੇ ਉੱਥੇ ਪੜ੍ਹਿਆ, ਅਤੇ ਉਹਦਾ ਮੈਂ ਸਿੱਧਵਾਂ ਸਟੇਸ਼ਨ ਵਾਲੇ ਹਾਈ ਸਕੂਲ 7ਵੀਂ ਦੀ ਮੈਂ ਉੱਥੇ ਪੜ੍ਹਿਆ, 7 ਜਮਾਤਾਂ ਪੜ੍ਹਿਆ ਜੀ। ਬੱਬੂ ਵੀਰ, ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਕਦ ਕੁ ਤੋਂ ਇਹ ਬਲਦਾਂ ਦੇ ਜਿਹੜੀਆਂ ਦੌੜਾਂ ਦੇ ਵਿੱਚ ਸ਼ੌਂਕ ਰੱਖਦੇ ਆ, ਕਿੰਨੀਆਂ ਪੀੜ੍ਹੀਆਂ ਹੋ ਗਈਆਂ ਤੁਹਾਨੂੰ ਇਹ ਸ਼ੌਂਕ ਕਰਦੇ ਹਾਂ? ਇਹ ਸ਼ੌਂਕ ਜੀ ਸਾਨੂੰ ਬਹੁਤ ਚਿਰ ਤੋਂ ਵਾ, ਬਾਕੀ ਡਿਟੇਲ ਜੋ ਸਾਡਾ ਚਾਚਾ ਜੀ ਨਿਰਮਲ ਸਿੰਘ ਉਹ ਤੁਹਾਨੂੰ ਦੱਸਣਗੇ ਵੀ ਕਿੱਥੋਂ ਲੱਗ ਭਜਾਉਂਦੇ ਆ ਪਿਛੋਕੜ। ਹਾਂਜੀ, ਚਾਚਾ ਜੀ ਨਿਰਮਲ ਸਿੰਘ ਜੀ ਸੰਘਾ ਸਾਹਿਬ, ਤੁਸੀਂ ਸਾਨੂੰ ਇਹ ਦੱਸੋ ਬਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਹ ਜਿਹੜਾ ਸ਼ੌਂਕ ਆ ਕਦੋਂ ਤੋਂ ਸ਼ੌਂਕ ਹੋਇਆ ਜਿਹੜਾ ਆਪਾਂ ਬਲਦਾਂ ਦੇ ਮੁਕਾਬਲੇ ਕਰਾਉਂਦੇ ਹਾਂ ਹਲਟ ਦੌੜਾਂ ਦੇ? ਐਕਚੁਲੀ ਇਹ ਜਿਹੜਾ ਬਲਦ ਰੱਖਣ ਦਾ ਸ਼ੌਂਕ ਤਾਂ ਸਾਡੇ ਬਜ਼ੁਰਗਾਂ ਨੂੰ ਸਾਡੇ ਬਾਬਾ ਜੀ ਹਰਨਾਮ ਸਿੰਘ ਤੋਂ ਵੀ ਪਹਿਲਾਂ ਤੋਂ ਤੁਰਿਆ ਆਉਂਦਾ। ਹਾਂਜੀ, ਜਦ ਅਸੀਂ ਛੋਟੇ ਛੋਟੇ ਸੀ, ਹਾਂਜੀ, ਅਤੇ ਮੈਨੂੰ ਲੱਗਦਾ ਵੀ 1947 ਤੋਂ ਪਹਿਲਾਂ ਵੀ ਸਾਡੇ ਕੋਲ ਇੱਕ ਬਹੁਤ ਵਧੀਆ ਜੁੱਟ ਹੁੰਦਾ ਸੀ। ਹਾਂਜੀ, ਜਿਹੜੇ ਬਲਦ ਉਦੋਂ ਸਾਡੇ ਬਾਬਾ ਜੀ ਨੇ ਰੱਖੇ ਸੀ ਉਹ 2 ਗੋਰੇ ਬਲਦ ਸੀ, ਅਤੇ ਉਹਨਾਂ ਗੋਰੇ ਬਲਦ ਇੰਨੇ ਮਸ਼ਹੂਰ ਹੋ ਗਏ ਸੀਗੇ ਇੱਥੇ ਲਾਗੇ ਛਾਗੇ ਕਿ ਸੰਘੇ ਖਾਲਸਾ ਪਿੰਡ ਨੂੰ ਲੋਕ ਗੋਰਿਆਂ ਬਲਦਾਂ ਵਾਲਾ ਪਿੰਡ ਕਹਿਣ ਲੱਗ ਪਏ ਸੀ। ਹਾਂਜੀ, ਅਤੇ ਇਹ ਸ਼ੌਂਕ ਉਦੋਂ ਤੋਂ ਵੀ ਚੱਲਿਆ ਆਉਂਦਾ ਹੈਗਾ। ਉਸ ਤੋਂ ਬਾਅਦ ਸਾਡੇ ਫਾਦਰ ਸਾਹਿਬ ਕਰਤਾਰ ਸਿੰਘ ਉਹ ਥੋੜ੍ਹਾ ਸਾ ਅਰਸਾ ਇੰਗਲੈਂਡ ਦੇ ਵਿੱਚ ਗਏ 7 ਸਾਲ। ਹਾਂਜੀ, ਪਰ ਉਹਨਾਂ ਦਾ ਸ਼ੌਕ ਬਰਕਰਾਰ ਰਿਹਾ ਅਤੇ ਮੁੜ ਕੇ ਆਣ ਕੇ ਉਹ ਵੀ ਬਲਦ ਰੱਖਦੇ ਰਹੇ ਵਧੀਆ ਤੋਂ ਵਧੀਆ। ਹਾਂਜੀ, ਅਸੀਂ ਛੋਟੇ ਹੁੰਦੇ ਚੱਲ ਗਏ ਸੀ ਬਾਹਰ। ਹਾਂਜੀ, ਪਰ ਸਾਡੇ ਬੜੇ ਭਾਈ ਹੈ ਕੇਰ ਸਿੰਘ ਹੋਣੀ, ਉਹਨਾਂ ਦਾ ਸ਼ੌਕ ਤਾਂ ਇਲਾਕੇ ਦੇ ਵਿੱਚ ਉਹਨਾਂ ਨੂੰ ਲੋਕ ਜਾਣਦੇ ਆ, ਮਾਲਵੇ ਤੱਕ ਉਹਨਾਂ ਨੂੰ ਜਾਣਦੇ ਹੈਗੇ ਆ ਲੋਕ, ਅਤੇ ਉਹਨੇ ਬਰਕਰਾਰ ਰੱਖਿਆ ਆਪਣਾ ਬਲਦ ਭਜਾਉਣ ਦਾ ਸ਼ੌਕ। 1973 ਦੇ ਵਿੱਚ ਮੈਂ ਜਦ ਵਾਪਸ ਇੰਗਲੈਂਡ ਤੋਂ ਆਇਆ ਸੀ ਅਤੇ ਉਦੋਂ ਸਾਡੇ ਕੋਲ ਜੁੱਟ ਜਿਹੜਾ ਸੀ ਪੀਲਾ ਅਤੇ ਬੱਗਾ, ਹਾਂਜੀ, ਉਹ ਪੀਲੇ ਬਲਦ ਨੂੰ ਲੋਕ ਇੱਦਾਂ ਜਾਣਦੇ ਸੀ ਵੀ ਜਦ ਉਹਨੂੰ ਮੇਲੇ 'ਤੇ ਭਜਾਉਣ ਜਾਂਦੇ ਹੁੰਦੇ ਸੀ ਅਤੇ ਲੋਕ ਕਹਿੰਦੇ ਹੁੰਦੇ ਸੀ ਵੀ ਆ ਗਿਆ ਮੇਹਰਦੀਨ। ਹਾਂਜੀ, ਅਤੇ ਉਹ ਬਲਦ ਦੀ ਜੜਤ ਵੀ ਇੰਨੀ ਵਧੀਆ ਸੀਗੀ ਬਈ ਲੋਕ ਦੇਖਦੇ ਸੀ ਉਹਨੂੰ, ਖੜ ਕੇ ਦੇਖਦੇ ਸੀਗੇ। ਹਾਂਜੀ, ਅਤੇ ਹੁਣ ਮੇਰਾ ਖਿਆਲ ਆ ਇਹ ਦੌੜਾਂ ਦੇ ਖੇਤਰ ਦੇ ਵਿੱਚ ਉਸ ਬਲਦ ਨੇ ਸਭ ਤੋਂ ਲੰਬਾ ਸਮਾਂ
ਰੇਸਾਂ ਜਿੱਤੀਆਂ। ਠੀਕ ਹੈ। ਮੇਰਾ ਖਿਆਲ 15 ਸਾਲ ਉਹ ਬਲਦ ਮੇਲਿਆਂ ਦੇ ਉੱਤੇ ਦੌੜਦਾ ਰਿਹਾ। ਠੀਕ ਹੈ। 1973 ਦੇ ਵਿੱਚ ਜਦ ਮੈਂ ਇੱਥੇ ਆਇਆ ਅਤੇ ਇੱਥੇ ਗੰਗਸਰ ਕਦੋਲੀ ਮੇਲਾ ਜਿਹੜਾ ਹੁੰਦਾ, ਹਾਂਜੀ, ਉਹਦੇ ਉੱਤੇ 15 ਮਿੰਟ ਦੀ ਦੌੜ ਦੇ ਵਿੱਚ ਹੁਣ ਰਿਕਾਰਡ ਬਣਿਆ ਹੈਗਾ। ਠੀਕ ਹੈ। ਅਤੇ ਉਹ ਅੱਜ ਤੱਕ ਕਿਸੇ ਤੋਂ ਟੁੱਟਾ ਨਹੀਂ। ਅਤੇ ਬੱਬੂ ਵੀਰ, ਜਦੋਂ ਤੋਂ ਅਸੀਂ ਦੇਖਦੇ ਹਾਂ ਉਦੋਂ ਤੋਂ ਤੁਸੀਂ ਆਪਣੀ ਜੋੜੀ ਜਿਹੜੀ ਆ ਆਪ ਹੀ ਹੱਕਦੇ ਹੋ, ਇਹ ਤੁਸੀਂ ਦੱਸੋ ਵੀ ਤੁਹਾਨੂੰ ਕਦ ਤੋਂ ਸ਼ੌਂਕ ਬਹੁਤ ਹੱਕਣ ਦਾ ਵੀ ਪਿਆ ਅਤੇ ਬਹੁਤ ਭਜਾਉਣ ਦਾ ਵੀ? ਉਹ ਤਾਂ ਤੁਹਾਡੇ ਵਿਰਸੇ ਦੇ ਵਿੱਚ ਪਰਿਵਾਰ ਦੀ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੀ ਆ, ਤੁਸੀਂ ਕਦੋਂ ਤੋਂ ਹੱਕਣ ਲੱਗੇ ਹੋ ਬਹੁਤ ਆਪਣੇ ਆਪ? ਹਾਂਜੀ, ਪਹਿਲਾਂ ਤਾਂ ਮੇਰੇ ਡੈਡੀ ਜੱਕਦੇ ਅਤੇ ਮੈਂ ਥੋੜ੍ਹੇ ਥੋੜ੍ਹੇ ਜਿੱਦਾਂ ਪਿੰਡ ਬੋਲਦ ਮੈਂ 84-85 ਜਿੱਕਣ ਲੱਗਾ, ਮੇਲਿਆਂ ਦੇ ਵਿੱਚ ਮੈਂ 86 ਕੁ ਜਿੱਕਣ ਲੱਗਾ। ਅਤੇ ਪਹਿਲਾ ਮੇਲਾ ਮੈਂ ਅੱਟੇ ਵਾਲੀ ਪੈੜ ਚੱਕੇ ਜੀ ਬੋਲਦ, ਹਾਂਜੀ, 86 ਤੋਂ ਮੈਂ ਹੱਕਣ ਲੱਗਾ। ਅਤੇ ਫਿਰ ਮੈਂ ਸਮਝ ਲਓ ਵੀ ਹੁਣ ਤਾਂ ਹੀ ਬੋਲਦਾ ਤਕਰੀਬਨ ਬਾਹਰੋਂ ਆ ਕੇ ਵੀ ਹੁਣ ਤਾਂ ਹੱਕਦਾ ਰਿਹਾ। ਹਾਂਜੀ। ਬਾਕੀ ਜਿੱਥੇ ਕਿਤੇ ਮੈਂ ਭਜਾਏ ਆ ਮੈਂ ਬਹੁਤ ਲੱਗੇ ਆ। ਅਸੀਂ 12ਵੀਂ ਮੇਲੇ 'ਚ 12ਵੀਂ ਜੋੜੀ ਬਹੁਤ ਘੱਟ ਭਜਾਈ, ਆਪਦੇ ਘਰ ਦੇ ਬੋਲ ਦੋਨੇ ਜੋੜ ਲੈਂਦੇ। ਬੱਬੂ ਵੀਰ, ਤੁਸੀਂ ਗੱਲ ਕੀਤੀ ਆ ਵੀ ਅਸੀਂ ਘਰ ਦੀ ਜੋੜੀ ਜੋੜ ਕੇ ਹੀ ਬਹੁਤਾ ਖੁਸ਼ ਹਾਂ, ਇਹਦਾ ਸਾਨੂੰ ਕਾਰਨ ਦੱਸੋ ਵੀ ਘਰ ਦੀ ਜੋੜੀ ਜੋੜਨ 'ਚ ਕੀ ਫਾਇਦਾ ਆ ਅਤੇ ਜਿਹੜੇ ਪਾੜਵੇ ਬਹੁਤ ਜੋੜਦੇ ਆ ਉਹਦਾ ਕੋਈ ਨੁਕਸਾਨ ਆ ਜਾਂ ਪਾੜਵੇ ਜੋੜਨੇ ਚਾਹੀਦੇ ਆ, ਇਹਦੇ ਬਾਰੇ ਸਾਨੂੰ ਜਾਣਕਾਰੀ ਦੱਸੋ। ਅਸੀਂ ਤਾਂ ਜੀ ਪਹਿਲਾਂ ਤੋਂ ਜਿੱਦਾਂ ਘਰ ਦੀ ਜੋੜੀ ਸਾਡੇ ਡੈਡੀ ਵੀ ਹੁੰਦਾ ਸੀ, ਅਸੀਂ ਘਰ ਦੀ ਜੋੜੀ ਵੀ ਹੱਕਦੇ ਆਏ ਹਾਂ ਅਤੇ ਆਪਦੇ ਬੋਲਦ ਪਾਲ ਕੇ ਤਾਂ ਆਪ ਹੀ ਜੋੜਦੇ ਹੁੰਦੇ ਤਾਂ ਆਪ ਹੀ ਹੱਕਦੇ ਹੁੰਦੇ ਸੀਗੇ। ਹਾਂਜੀ। ਅਤੇ ਇਸ ਕਰਕੇ ਮੈਂ ਤਾਂ ਸਾਰੇ ਵੀਰਾਂ ਨੂੰ ਕਹਿੰਦਾ ਵੀ ਪਾੜਵੀਆਂ ਜੋੜੀਆਂ ਨਾਲੋਂ ਤੁਸੀਂ ਘਰ ਦੀ ਜੇ ਜੋੜੀ ਜੋੜੋ ਆਪ ਹੱਕੋ ਅਤੇ ਤੁਹਾਡੇ ਪਸ਼ੂ ਵਧੀਆ ਚੱਲਣਗੇ, ਨਾਲੇ ਤੁਹਾਨੂੰ ਪਤਾ ਹੋਊਗਾ ਵੈਸੇ ਪਸ਼ੂਆਂ ਨੂੰ ਕਿੰਨੀ ਖੁਰਾਕ ਪਾਉਂਦੇ ਤਾਂ ਕਿੰਨੇ ਕੁ ਚੱਲਦੇ ਆ। ਬੱਬੂ ਵੀਰ, ਤੁਸੀਂ ਹਰ ਸਾਲ ਸਰਦਾਰ ਕੇਰ ਸਿੰਘ ਸੰਘੇ ਦੀ ਯਾਦ ਵਿੱਚ ਪਿੰਡ ਦੇ ਵਿੱਚ ਹਲਟ ਦੌੜ ਕਰਾਉਂਦੇ ਹਾਂ, ਸਾਰਾ ਪਰਿਵਾਰ ਤੁਸੀਂ ਵਿਦੇਸ਼ਾਂ ਤੋਂ ਆ ਕੇ ਅਤੇ ਅਕਤੂਬਰ ਮਹੀਨੇ ਦੀ 30 ਤਰੀਕ ਨੂੰ ਮੇਰਾ ਖਿਆਲ ਹਰ ਸਾਲ ਤੁਹਾਡੇ ਖੇਡ ਮੇਲਾ ਹੁੰਦਾ ਹੈ। ਹਾਂਜੀ। ਉਹਦੇ ਵਿੱਚ ਤੁਸੀਂ ਜ਼ਿਆਦਾ ਤਰਜੀਹ ਜਿਹੜੀ ਆ ਬਲਦਾਂ ਨੂੰ ਅਨਾਮਾਂ ਦੇ ਵਿੱਚ ਜਿਹੜੀ ਆ ਖੁਰਾਕ ਦਿੰਦੇ, ਬੜੇਵੇਂ ਦਿੰਦੇ ਆ। ਹਾਂਜੀ। ਜਦਕਿ ਆਮ ਜਿਹੜੇ ਹੋਰ ਖੇਡ ਮੇਲੇ ਹੁੰਦੇ ਆ ਕੋਈ ਮੋਟਰਸਾਈਕਲ ਦਿੰਦਾ, ਕੋਈ ਨਗਦ ਪੈਸੇ ਦਿੰਦਾ। ਹਾਂਜੀ। ਇਹਦਾ ਸਾਨੂੰ ਕਾਰਨ ਦੱਸੋ ਵੀ ਤੁਹਾਨੂੰ ਇਹ ਗੱਲ ਕਿੱਥੋਂ ਸੁੱਝੀ ਵੀ ਆਪਾਂ ਬਲਦਾਂ ਨੂੰ ਇਨਾਮ ਦੇ ਤੌਰ 'ਤੇ ਖੁਰਾਕ ਦੇਣੀ ਆ? ਠੀਕ ਹੈ। ਸਾਨੂੰ ਜੀ ਇਹ ਗੱਲ ਜਿੱਦਾਂ ਆਪਦੇ ਘਰ ਬੈਠੇ ਸੀਗੇ, ਘਰ ਅਸੀਂ ਸੋਚਿਆ ਵੀ ਬਲਦਾਂ ਨੂੰ ਜਿਹੜਾ ਇਨਾਮ ਦੇਣਾ ਵੀ ਕਿੰਨਾ ਦੇਣਾ ਆ, ਅਤੇ ਉਸ ਵਿੱਚ ਫਿਰ ਸਾਨੂੰ ਪਤਾ ਲੱਗਾ ਵੀ ਕਈ ਥਾਈ ਮੋਟਰਸਾਈਕਲ ਦਿੰਦੇ ਆ। ਹਾਂਜੀ। ਅਤੇ ਕਈ ਥਾਈ ਪਹਿਲਾਂ ਸਕੂਟਰਾਂ ਤੋਂ ਸ਼ੁਰੂ ਹੋਇਆ ਫਿਰ ਮੋਟਰਸਾਈਕਲ ਦੇਣ ਲੱਗ ਪਏ, ਉਸ ਕਰਕੇ ਅਸੀਂ ਸੋਚਿਆ ਵੀ ਬਲਦਾਂ ਦੀ ਖੁਰਾਕ ਜਿਹੜੀ ਬੜੇਵੇਂ ਆ ਵੀ ਅਸੀਂ ਬਲਦਾਂ ਨੂੰ ਬੜੇਵਿਆਂ ਦੀ ਖੁਰਾਕ ਦੇਈਏ ਜਾਂ ਘੇ ਦੀ ਖੁਰਾਕ ਦੇਈਏ ਵੀ ਉਹ ਬਲਦ ਜਾ ਕੇ ਘਰ ਖਾਣਗੇ। ਹਾਂਜੀ। ਪੈਸੇ ਤਾਂ ਚਲੋ ਜੇ ਦਿੱਤੇ ਹੋਣ ਤਾਂ ਇੱਧਰ ਉੱਧਰ ਵੀ ਖਰਚ ਹੋ ਸਕਦੇ ਆ। ਠੀਕ। ਅਤੇ ਜੇ ਮੋਟਰਸਾਈਕਲ ਵੀ ਆਪਾਂ ਦਿੰਦੇ ਹਾਂ ਤਕਰੀਬਨ ਸਾਰੇ ਦੇ ਘਰਾਂ 'ਚ ਮੋਟਰਸਾਈਕਲ ਕਾਰਾਂ ਤਾਂ ਹੈਗੀਆਂ ਹੀ ਆ। ਹਾਂਜੀ। ਅਤੇ ਬਾਕੀ ਇੱਦਾਂ ਵੀ ਅਸੀਂ ਕਹਿੰਦੇ ਵੀ ਨਾ ਦਿਓ ਦਿਓ ਜ਼ਰੂਰ, ਪਰ ਮੋਟਰਸਾਈਕਲ ਦੇ ਨਾਲ ਬਹੁਤ ਦੀ ਖੁਰਾਕ ਦੇਣੀ ਜ਼ਰੂਰੀ ਆ। ਖੁਰਾਕ ਦੇਣੀ ਜ਼ਰੂਰੀ ਆ। ਖੁਰਾਕ ਦੇਣੀ ਜਿਹੜੀ ਜਿਹਨਾਂ ਨੇ ਆ ਕੇ ਆਪਣਾ ਮੁਕਾਬਲਾ ਕਰਨਾ ਉਹਨਾਂ ਦੀ ਖੁਰਾਕ ਜ਼ਰੂਰੀ ਹੈ। ਖੁਰਾਕ ਉਹਨਾਂ ਦੀ ਜ਼ਰੂਰੀ। ਬਹੁਤ ਵਧੀਆ ਗੱਲ ਆ ਤੁਹਾਡੀ। ਚਾਚਾ ਨਿਰਮਲ ਸਿੰਘ ਜੀ, ਤੁਸੀਂ ਹਰ ਸਾਲ ਵਿਦੇਸ਼ਾਂ ਤੋਂ ਆ ਕੇ ਆਪਣੇ ਇੱਥੇ ਬਲਦਾਂ ਦੀ ਹਲਟ ਦੌੜ ਦਾ ਖੇਡ ਮੇਲਾ ਕਰਾਉਂਦੇ ਆ, ਤੁਸੀਂ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਅਲਗੋਜਿਆਂ ਵਾਲਾ ਜਿਹੜਾ ਗਾਉਣ ਦਾ ਪੁਰਾਣਾ ਵਿਰਸੇ ਨਾਲ ਆਪਣੇ ਸੰਬੰਧਿਤ ਹੈਗਾ ਉਹ ਰਾਗ ਕਰਾਉਂਦੇ ਆ ਹਰ ਸਾਲ, ਉਹਦਾ ਸ਼ੌਂਕ ਤੁਹਾਨੂੰ ਕਦੋਂ ਤੋਂ ਪਿਆ ਜੀ? ਇਸ ਗੱਲ ਦਾ ਤੁਹਾਨੂੰ ਸਾਨੂੰ ਥੋੜ੍ਹੀ ਜਾਣਕਾਰੀ ਦਿਓ। ਐਕਚੁਲੀ ਇਹ ਜਿਹੜਾ ਇਹ ਸਾਡਾ ਘਰ ਆ ਇਹਦੇ ਵਿੱਚ ਬਲਦਾਂ ਦੇ ਨਾਲ ਨਾਲ ਇਹ ਜਿਹੜੇ ਪੁਰਾਤਨ ਰਾਗ ਸਾਡੇ ਹੈਗੇ ਆ ਇਹਨਾਂ ਦਾ ਸ਼ੌਂਕ ਵੀ ਸਾਡੀ ਫੈਮਿਲੀ ਦੇ ਵਿੱਚ ਪਹਿਲਾਂ ਤੋਂ ਚੱਲਿਆ ਆਉਂਦਾ ਹੈਗਾ। ਹਾਂਜੀ। 1947 ਤੋਂ ਪਹਿਲਾਂ ਸਾਡੇ ਪਿੰਡ ਇੱਕ ਬਹੁਤ ਵੱਡਾ ਇੱਥੇ ਮੇਲਾ ਲੱਗਦਾ ਹੁੰਦਾ ਸੀ ਜਿਹਨੂੰ ਪੀਲੇ ਦਾ ਮੇਲਾ ਕਹਿੰਦੇ ਹੁੰਦੇ ਸੀ। ਹਾਂਜੀ। ਅਤੇ ਜਿੰਨੇ ਵੀ ਇਸ ਰਾਗ ਨੂੰ ਗਾਉਂਦੇ ਆ, ਹਾਂਜੀ, ਅਲਗੋਜ ਕੈਂਗਲ ਗੋਜੇ ਦੇ ਨਾਲ ਜਾਂ ਢੱਡ ਸਰੰਗੀ ਦੇ ਨਾਲ, ਹਾਂਜੀ, ਉਹ ਉਸ ਮੇਲੇ 'ਤੇ ਵੀ ਆਉਂਦੇ ਹੁੰਦੇ ਸੀਗੇ। ਹਾਂਜੀ। ਅਤੇ ਫਿਰ ਸਾਡੇ ਭਾਈ ਸਾਹਿਬ ਕੇਰ ਸਿੰਘ ਹੋਣੀ ਜਿਹੜੇ ਉਹਨਾਂ ਨੂੰ ਵੀ ਇੰਨਾ ਸ਼ੌਂਕ ਸੀ ਇਸ ਰਾਗ ਦਾ ਵੀ ਮਾਲਵੇ ਤੱਕ ਕੋਈ ਮੇਲਾ ਇੱਦਾਂ ਦਾ ਨਹੀਂ ਹੋਣਾ ਜਿਹਦੇ ਵਿੱਚ ਉਹ ਨਹੀਂ ਗਏ ਹੋਣ। ਹਾਂਜੀ। ਅਤੇ ਜਿੰਨੇ ਰਾਗੀ ਲਾ ਮਾਲਵੇ ਤੋਂ ਦਤਾਰ ਸਿੰਘ ਰਟੈਂਡੇ ਤੋਂ ਲੈ ਕੇ ਅਮਰ ਸਿੰਘ ਸ਼ੌਂਕੀ ਤੋਂ ਲੈ ਕੇ ਕੈਂਗਲ ਗੋਜਿਆਂ ਦੇ ਜੁੱਟਾਂ ਦੇ ਵਿੱਚੋਂ
ਦਰਸ਼ਨ ਰਾਵਾਂ ਖੇਲਿਆਂ ਵਾਲਾ ਮਸ਼ਹੂਰ ਆ ਗਈ। ਉਹਦਾ ਡੈਡੀ ਜਿਹੜਾ ਸੀਗਾ ਕਾਕਾ ਰਾਵਾਂ ਖੇਲਿਆਂ ਵਾਲਾ, ਸਦੀਕ ਔੜ ਅੜੱਪੜ ਵਾਲਾ, ਹਾਂਜੀ, ਤੇ ਅੱਜ ਕੱਲ੍ਹ ਜਿਹੜਾ ਪਾਕਿਸਤਾਨ ਵਿੱਚ ਚੱਲਦਾ ਸ਼ਰੀਫ, ਹਾਂਜੀ ਸ਼ਰੀਫ ਰਾਗੀ, ਹਾਂਜੀ, ਇਹ ਜਿੰਨੇ ਰਾਗੀ ਇਹ ਇਸ ਘਰ ਦੇ ਵਿੱਚ ਫੇਰਾ ਪਾ ਕੇ ਗਏ ਆ, ਹਾਂਜੀ, ਤੇ ਇਹ ਸਾਡਾ ਮੁੱਢ ਕਦੀਮ ਤੋਂ ਸ਼ੌਕ ਚੱਲਿਆ ਆਉਂਦਾ ਆ। ਦੂਸਰੇ ਪਾਸੇ ਜਿਹੜੀ ਲੱਚਰ ਗਾਇਕੀ ਨੂੰ ਪ੍ਰਮੋਟ ਕਰਦੇ ਆ ਲੋਕ, ਅਸੀਂ ਉਹਨਾਂ ਨੂੰ ਇੱਕ ਬਦਲ ਦੇਣਾ ਚਾਹੁੰਦੇ ਹਾਂ, ਹਾਂਜੀ, ਵੀ ਸਾਡਾ ਜਿਹੜਾ ਪੁਰਾਤਨ ਵਿਰਸਾ ਹੈਗਾ ਆ ਉਹਦੇ ਵਿੱਚ ਕੋਈ ਲੱਚਰਤਾ ਨਹੀਂ ਸੀਗੀ, ਹਾਂਜੀ, ਉਹ ਸੂਰਮਿਆਂ ਦੀਆਂ ਗਾਥਾਵਾਂ ਹੋਰ ਅੱਗੇ ਗਾਉਂਦੇ ਆ, ਹਾਂਜੀ, ਜਾਮ ਭਗਤਾਂ ਦੀਆਂ, ਹਾਂਜੀ, ਉਹ ਉਹਨਾਂ ਦੇ ਉਹ ਕੁਛ ਤੁਹਾਨੂੰ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਕੁਛ ਦਿੰਦੇ ਸੀ, ਹਾਂਜੀ, ਨਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੂਸਰੇ ਪਾਸੇ ਲੱਚਰਤਾ ਵੱਲ ਜਾਂਦੀ ਸੀ। ਇਸ ਕਰਕੇ ਇਹ ਸਾਡਾ ਪਹਿਲਾਂ ਤੋਂ ਸ਼ੌਂਕ ਹੈ ਅਤੇ ਅਸੀਂ ਇਹਨੂੰ ਬਰਕਰਾਰ ਰੱਖਿਆ ਹੈਗਾ, ਹਾਂਜੀ, ਇਸ ਦਿਨ 'ਤੇ ਉੱਦਾਂ ਵੀ ਜਦੋਂ ਵੀ ਸਾਲ ਦੇ ਵਿੱਚ ਸਾਡਾ ਇੱਥੇ ਆਉਣ ਜਾਣ ਹੋਵੇ ਅਸੀਂ ਜ਼ਰੂਰ ਇਹਨਾਂ ਰਾਗੀਆਂ ਨੂੰ ਸੱਦਦੇ ਹਾਂ ਔਰ ਸੁਣਦੇ ਹਾਂ, ਔਰ ਅਸੀਂ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਹਾਂ ਵੀ ਇਸ ਰਾਗ ਨੂੰ ਮਰਨ ਨਹੀਂ ਦੇਣਾ ਚਾਹੀਦਾ, ਹਾਂਜੀ, ਅਤੇ ਇਹ ਇਹ ਸਾਨੂੰ ਸਾਡੇ ਆਉਣ ਵਾਲੇ ਪੀੜ੍ਹੀਆਂ ਨੂੰ ਕੁਛ ਦਿੰਦੇ ਆ, ਹਾਂਜੀ, ਲੱਚੜਤਾ ਸਾਨੂੰ ਨਿਗਾਰ ਵੱਲ ਜਾਂਦੀ ਹੈ, ਇਸ ਕਰਕੇ ਇਸ ਰਾਗ ਨੂੰ ਅਸੀਂ ਬਰਕਰਾਰ ਰੱਖਦੇ ਹਾਂ। ਹਾਂਜੀ, ਬਹੁਤ ਵਧੀਆ ਜੀ, ਹਾਂਜੀ, ਠੀਕ ਹੈ ਜੀ। ਬੱਬੂ ਵੀਰ, ਅਸੀਂ ਤੁਹਾਡੇ ਇਸ ਰਾਗ ਨੂੰ ਆ ਕੇ ਵੀ ਦੇਖਿਆ ਇੱਥੇ, ਅਤੇ ਅਸੀਂ ਯੂਟਿਊਬ 'ਤੇ ਵੀ ਫਿਲਮਾਂ ਵਿੱਚ ਵੀ ਜਿਹੜੀਆਂ ਬਣਾ ਕੇ ਚਾੜੀਆਂ ਯੂਟਿਊਬ 'ਤੇ ਉਹਦੇ ਵਿੱਚ ਵੀ ਦੇਖਿਆ, ਤੁਸੀਂ ਆਪ ਵੀ ਇਸ ਰਾਗ ਦੇ ਨਾਲ ਜਿਹੜਾ ਗਾਉਂਦੇ ਆ ਅਤੇ ਤੁਹਾਡੇ ਮੈਨੂੰ ਲੱਗਦਾ ਵੀ ਸਾਰੇ ਪਰਿਵਾਰ ਦੇ ਮੈਂਬਰ ਇਹ ਗਾ ਲੈਂਦੇ ਆ, ਇਹ ਤੁਹਾਨੂੰ ਕਿੱਦਾਂ ਆਪ ਵੀ ਗਾਉਣ ਦਾ ਸ਼ੌਂਕ ਪਿਆ ਇਹ ਸਾਨੂੰ ਦੱਸੋ। ਸਾਨੂੰ ਜੀ ਇਹ ਸ਼ੌਂਕ ਇੱਦਾਂ ਵੀ ਸਾਡੇ ਬਜ਼ੁਰਗ ਹੀ ਪਹਿਲਾਂ ਢੱਡ ਸਾਨਗੀ ਵਾਲੇ, ਸਾਡੇ ਪਹਿਲਾਂ ਨਾਨਾ ਜੀ ਵੀ ਢੱਡ ਸਾਨਗੀ ਨਾਲ ਗਾਉਂਦੇ ਹੁੰਦੇ ਸੀ, ਸਾਡਾ ਮਾਮਾ ਜੀ ਵੀ ਢੱਡ ਸਾਨਗੀ ਨਾਲ ਗਾਉਂਦੇ ਹੁੰਦੇ ਘਰ ਦੇ ਵਿੱਚ, ਜਿੱਦਾਂ ਦਾ ਢੱਡ ਸਾਨਗੀ ਦਾ ਗਾਉਣ ਜਲ ਮੋਜਿਆਂ ਦਾ ਗਾਉਣ ਹੁੰਦਾ ਸੀ ਉੱਥੋਂ ਜੀ ਸਾਨੂੰ ਵਾਹ ਫੇ ਸਿਆਣਿਆਂ ਤੋਂ ਪ੍ਰੇਰਨਾ ਮਿਲ ਗਈ ਤਾਂ ਸਾਨੂੰ ਵੀ ਸ਼ੌਂਕ ਪੈ ਗਿਆ। ਤਕਰੀਬਨ ਸਾਡੇ ਸਾਰਾ ਪਰਿਵਾਰ ਹੀ, ਚਾਚੇ ਆ ਸਾਡੇ ਮੇਰੇ ਭਾਈ ਆ, ਅਸੀਂ ਤਕਰੀਬਨ ਸਾਰਾ ਪਰਿਵਾਰ ਹੀ ਗਾ ਲੈਂਦੇ ਹਾਂ, ਹਾਂਜੀ, ਅਤੇ ਬਾਕੀ ਸਾਡੇ ਚਾਚਾ ਜੀ ਵੀ ਨਾਲ ਬੈਠੇ ਆ, ਇਹ ਤੁਹਾਨੂੰ ਦੱਸ ਦੇਣਗੇ ਬਈ ਤੁਹਾਨੂੰ ਵੀ ਮੁੱਢ ਤੋਂ ਹੀ ਸ਼ੌਂਕ ਆ ਇਹ ਗਾਉਣ ਦਾ, ਤੁਸੀਂ ਵੀ ਗਾ ਲੈਂਦੇ ਹੋ। ਦੇਖੋ ਕਿਹੜਾ ਪੰਜਾਬੀ ਆ ਜਿਹੜਾ ਗਾ ਨਹੀਂ ਲੈਂਦਾ, ਹਾਂਜੀ, ਮੈਂ ਸਮਝਦਾ ਹਰ ਪੰਜਾਬੀ, ਤੁਸੀਂ ਪੁਰਾਤਨ ਜੇ ਆਪਣਾ ਸੱਭਿਆਚਾਰ ਪਿਛੋਕੜ ਦੇਖੋ ਤਾਂ ਜਦੋਂ ਲੋਕ ਹਲ ਵਾਹੁੰਦੇ ਹੁੰਦੇ ਸੀ, ਹਲ ਪਾਉਂਦੇ ਪਿੱਛੇ ਕਰੀਆਂ ਲਾਉਂਦੇ ਹੁੰਦੇ ਸੀ, ਹਾਂਜੀ ਹਾਂਜੀ, ਪਹਿਲਾਂ ਜਦੋਂ ਚਰਸਾਂ ਦਾ ਜ਼ਮਾਨਾ ਸੀਗਾ ਉਦੋਂ ਚਰਸ ਫੜਦੇ ਵੀ ਬੋਲੇ ਲਾਉਂਦੇ ਹੁੰਦੇ ਸੀ, ਹਾਂਜੀ, ਅਤੇ ਹਰ ਪੰਜਾਬੀ ਨੂੰ ਮੈਂ ਤਾਂ ਸਮਝਦਾ ਹਰ ਪੰਜਾਬੀ ਗਾ ਲੈਂਦਾ, ਪ੍ਰੋਫੈਸ਼ਨਲ ਹੋਣ ਦੀ ਨਹੀਂ ਗੱਲ ਹੈ, ਹਾਂਜੀ, ਹਰ ਇੱਕ ਪੰਜਾਬੀ ਮਤਲਬ ਆਪਣੇ ਖੂਹਾਂ 'ਤੇ ਆਪਣੇ ਖੇਤਾਂ ਵਿੱਚ ਗਾਉਂਦਾ ਰਿਹਾ ਆ, ਹਾਂਜੀ, ਮੇਲਿਆਂ 'ਤੇ ਜਾ ਕੇ ਸਾਡੇ ਪਿੰਡ ਦੇ ਮੈਨੂੰ ਚੇਤਾ ਹੈਗਾ ਅਸੀਂ ਇੱਥੇ ਸਰੀਰ ਦੀ ਛਿੰਝਿਆ ਜਾਂਦੇ ਹੁੰਦੇ, ਸਾਡੇ ਪਿੰਡ ਦੇ ਟੋਲੇ ਬੰਨ ਕੇ ਜਾਣਾ ਅਤੇ ਉੱਥੋਂ ਰਾਗ ਸੁਣ ਕੇ ਆਉਣਾ ਅਤੇ ਮੁੜ ਕੇ ਆਉਣੇ ਉਹੋ ਹੀ ਕਲੀਆਂ ਜਿਹੜੀਆਂ ਸੁਣ ਕੇ ਆਉਣੀਆਂ ਉਹ ਰਾਜ ਗਾਉਂਦੇ ਆਉਣ, ਹਾਂਜੀ, ਸੋ ਇਹ ਕੋਈ ਇੱਦਾਂ ਨਹੀਂ ਹੈ ਵੀ ਅਸੀਂ ਪ੍ਰੋਫੈਸ਼ਨਲ ਹਾਂ, ਪ੍ਰੋਫੈਸ਼ਨਲ ਰਾਗੀ ਤਾਂ ਨਹੀਂ ਹੈ, ਸ਼ੌਂਕ ਨਾਲ, ਸ਼ੌਂਕ ਦੇ ਨਾਲ ਜਦੋਂ ਕਿਤੇ ਟਾਈਮ ਮਿਲੇ ਗਾ ਲੈਂਦਾ। ਵਧੀਆ ਗੱਲ ਹੈ ਜੀ, ਸਾਰਿਆਂ ਨੂੰ ਇੱਦਾਂ ਸ਼ੌਂਕ ਰੱਖਣਾ ਚਾਹੀਦਾ ਜਿਹੜਾ ਆਪਣਾ ਪੰਜਾਬੀ ਵਿਰਸਾ ਹੈ ਉਹਦੇ ਨਾਲ। ਸੋਹਣੀ ਦਾ ਲਵੇ ਵਿੱਚ ਗਲੀਆਂ ਦੇ ਸੋਹਣੀ ਦਾ ਲਵੇ ਉਹ ਕੇ ਨਾ ਬਚਾ ਜਾਊ ਕਾਰ ਦਾ ਕਾਰ ਦੱਸ ਲਾਉਣੀ ਸੀ ਲਵਾਣੀਏ ਜੇ ਲਾਉਣੀ ਸੀ ਤੂੰ ਚੰਦਰੀਏ ਕਿਉਂ ਨਾ ਸਿੱਖੀ। ਬੱਬੂ ਵੀਰ ਹੁਣ ਇੱਕ ਗੱਲ ਦੱਸੋ, ਤੁਸੀਂ ਤਾਂ ਸਾਰਾ ਪਰਿਵਾਰ ਵਿਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ 'ਚ ਰਹਿੰਦੇ ਹਾਂ, ਅਤੇ ਹੁਣ ਜਿਹੜੇ ਆਪਣੇ ਪਿੱਛੇ ਵੱਧ ਤੁਸੀਂ ਰੱਖੇ ਹੋ ਇੱਥੇ ਪੰਜਾਬ ਦੇ ਵਿੱਚ, ਅਤੇ ਉਹਨਾਂ ਦੀ ਫਿਰ ਸਾਂਭ ਸੰਭਾਲ ਕੌਣ ਕਰਦਾ ਹੁਣ? ਹੁਣ ਜੀ ਉਹਨੇ ਸਾਂਭ ਸੰਭਾਲ ਕਰਦਾ ਜੀ ਮੁੰਡਾ ਜਗਰੂਪ ਸਿੰਘ ਰੂਪਾ ਬੁਲੰਦੇ ਤੋਂ ਆ, ਹਾਂਜੀ, ਅਤੇ ਉਹਦੇ ਕੋਲ ਸਾਰੀ ਸਾਂਭ ਸੰਭਾਲ ਉਹ ਹੀ ਕਰਦਾ, ਹਾਂਜੀ, ਉਹ ਹੀ ਮੇਲਿਆਂ 'ਤੇ ਜੋੜਦਾ। ਇੱਕ ਵੱਲ ਮੇਰਾ ਵੀਰ ਕੌਰ ਮਾੜੀ ਸਾਬੀ ਕੋਲ ਆ, ਹਾਂਜੀ,
ਉਹਦੀ ਦੇਖ ਰੇਖ ਉਹ ਹੀ ਕਰਦਾ। ਸਵਰਗਵਾਸੀ ਕੇਰ ਸਿੰਘ ਸੰਘਾ ਨੂੰ ਅਸੀਂ ਵੀ ਬਹੁਤ ਚਿਰ ਤੋਂ ਜਾਣਦੇ ਹਾਂ, ਜਦ ਦੀ ਸਾਡੀ ਸੁਰਤ ਹੋਈ ਆ। ਹਰ ਇੱਕ ਬਲਦਾਂ ਦੇ ਖੇਡ ਮੇਲੇ 'ਤੇ ਅਸੀਂ ਉਹਨਾਂ ਨੂੰ ਦੇਖਦੇ ਸੀ, ਅਤੇ ਤੁਸੀਂ ਇੱਕ ਉਪਰਾਲਾ ਕੀਤਾ ਉਹਨਾਂ ਦੀ ਯਾਦ ਹਰ ਵੇਲੇ ਤਾਜ਼ਾ ਰੱਖਣ ਵਾਸਤੇ। ਹਾਂਜੀ, ਤੁਸੀਂ ਉਹਨਾਂ ਦੀ ਮੂਰਤੀ ਬਣਵਾਈ। ਹਾਂਜੀ, ਇਹ ਤੁਹਾਨੂੰ ਕਿੱਦਾਂ ਇੱਦਾਂ ਦੀ ਗੱਲ ਸੁੱਝੀ ਕਿ ਆਪਾਂ ਮੂਰਤੀ ਬਣਾ ਕੇ ਉਹਨਾਂ ਦੀ ਹਰ ਵੇਲੇ ਯਾਦ ਨੂੰ ਤਾਜ਼ਾ ਰੱਖੀ? ਹਾਂਜੀ, ਉਹ ਜਿੱਦਾਂ ਮੈਂ ਇੱਥੇ ਗਿਆ ਸੀ ਮਿਹਨਤੀ ਵਾਲੇ ਗੁਰਦੁਆਰੇ, ਉੱਥੇ ਮੈਂ ਸਟੈਚੂ ਵੱਲ ਬਣੇ ਦੇਖੇ ਸੀਗੇ। ਹਾਂਜੀ, ਅਤੇ ਉੱਥੋਂ ਮੇਰੇ ਫਿਰ ਦਿਮਾਗ 'ਚ ਵਿੱਚ ਗੱਲ ਆਈ ਵੀ ਅਸੀਂ ਵੀ ਸਾਡੇ ਡੈਡੀ ਦਾ ਇੰਨਾ ਮਲਬੇ 'ਚ ਦਬਾਬੇ 'ਚ ਬਹੁਤਾ ਦੇ ਕਰਕੇ ਉਹਦਾ ਨਾਂ ਹੋਇਆ, ਵੀ ਅਸੀਂ ਇੱਕੋ ਜਿਹੀ ਯਾਦ ਨੂੰ ਤਾਜ਼ੀ ਕਰਦੇ ਹੋਇਆ ਰੱਖੀਏ, ਅਤੇ ਇਸ ਕਰਕੇ ਅਸੀਂ ਉਹ ਸਕੈਚੂ ਵੱਲ ਬਣਾਉਣ ਦੀ ਸਲਾਹਕਾਰ 'ਚ ਕੀਤੀ। ਉਹ ਅਸੀਂ ਫਿਰ ਸਕੈਚੂ ਵੱਲ ਬਣਾ ਕੇ ਰਾਜਕੋਟ ਤੋਂ ਅਸੀਂ ਬਣਾਇਆ, ਜਿਹਦੀ ਇੱਥੇ ਆਪਣੇ ਮਿਹਤੀ ਵਾਲੇ ਵੀ ਗੁਰਦੁਆਰੇ ਉਹ ਸਕੈਚ ਵੱਲ ਬਣਾਉਂਦੇ ਸੀ, ਉਹਨਾਂ ਕੋਲੋਂ ਉਹਨਾਂ ਨੂੰ ਜਾ ਕੇ ਮਿਲੇ ਤਾਂ ਉਹਨਾਂ ਨੂੰ ਫਿਰ ਬਣਨਾ ਦਿੱਤਾ ਇਹ, ਉੱਥੋਂ ਦੀ ਸਾਡੀ ਸ਼ੁਰੂਆਤ ਇਹ ਸਕੈਚਾਂ ਦੀ ਹੋਈ। ਠੀਕ ਹੈ ਬੱਬੂ ਵੀਰ, ਜਿਹੜਾ ਤੁਸੀਂ ਇਸ ਸਾਲ ਆਪਣੇ ਹਲਟ ਦੀ ਦੌੜ ਦਾ ਖੇਡ ਮੇਲਾ ਕਰਾਇਆ, ਹਾਂਜੀ, ਬਹੁਤ ਹੀ ਸਫਲ ਖੇਡ ਮੇਲਾ ਹੋਇਆ, ਬਹੁਤ ਜੋੜੀਆਂ ਨਾਮੀ ਜੋੜੀਆਂ ਆਈਆਂ ਸੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਤੁਹਾਡਾ ਪ੍ਰਬੰਧ ਸਾਰਿਆਂ ਨੂੰ ਬਹੁਤ ਵਧੀਆ ਲੱਗਾ, ਤੁਸੀਂ ਦਰਸ਼ਕਾਂ ਦਾ ਜਾਂ ਬਲਦਾਂ ਦੀਆਂ ਜੋੜੀਆਂ ਵਾਲੇ ਵੀਰਾਂ ਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਪਹਿਲਾਂ ਤਾਂ ਵੀ ਜਿੰਨੇ ਬਲਦਾਂ ਵਾਲੇ ਵੀਰ ਸਾਡੇ ਬਲਦ ਲੈ ਕੇ ਆਏ ਆ ਮੇਲੇ ਦੇ ਵਿੱਚ, ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ, ਕਿਉਂਕਿ ਸਾਡੇ ਮੇਲੇ ਨੂੰ ਇਹਨੀ ਚਾਰ ਚੰਨ ਲਾਏ ਆ, ਬਲਦਾਂ ਦੀਆਂ ਜੋੜੀਆਂ ਦੇ ਨਾਲ ਹੀ ਮੇਲਾ ਸੋਹਣਾ ਲੱਗਦਾ। ਬਾਕੀ ਜੋ ਵੀ ਦੇਖਣ ਵਾਲੇ ਆਏ ਆ ਵੀਰ ਸੱਜਣ ਭਰਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵੀ ਸਾਡੇ ਮੇਲੇ 'ਚ ਆ ਕੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਇਆ। ਬਾਕੀ ਸਾਡੇ ਪਿੰਡ ਦਾ ਭਾਈਆਂ ਭਰਾਵਾਂ ਦਾ ਸੱਜਣਾਂ ਦਾ ਬਹੁਤ ਸਹਿਯੋਗ ਆ, ਜਿਹੜਾ ਸਾਡਾ ਜਾ ਕੇ ਉੱਥੇ ਸਾਡੇ ਨਾਲ ਕੰਮ ਕਰਾਉਂਦੇ ਆ ਜਾਂ ਸਾਡੇ ਨਾਲ ਉੱਥੇ ਨਾਲ ਬਰਾਬਰ ਖੜ੍ਹਦੇ ਆ। ਮੈਂ ਸਾਰੇ ਪਿੰਡ ਵਾਲੇ ਵੀਰਾਂ ਦਾ ਵੀ ਅਤੇ ਬਾਹਰੋਂ ਆਏ ਸੰਗਤ ਦਾ ਵੀ ਬਹੁਤ ਵਾਲੇ ਵੀਰਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਘੁੰਮਣ ਲਾਈਵ ਟੀ ਵੀ ਵੱਲੋਂ ਆਪਣੇ ਸੰਘਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਅੱਜ ਘੁੰਮਣ ਲਾਈਵ ਟੀ ਵੀ 'ਤੇ ਇਸ ਮੁਲਾਕਾਤ ਲਈ ਆਪਣੀ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇਹ ਦਰਸ਼ਕਾਂ ਦੇ ਨਾਲ ਸਾਰੀ ਆਪਣੀ ਜਾਣਕਾਰੀ ਸਾਂਝੀ ਕੀਤੀ ਆ। ਅਸੀਂ ਫਿਰ ਇਸ ਲਾਈਵ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਮੈਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਤੁਹਾਡਾ ਜਿਹੜਾ ਤੁਸੀਂ ਇਸ ਖੇਡ ਨੂੰ ਇੰਨਾ ਪਿਆਰ ਕਰਦੇ ਹਾਂ ਅਤੇ ਖੇਡ ਨੂੰ ਅੱਗੇ ਲਿਜਾਣ ਵਾਸਤੇ ਹਰ ਵੇਲੇ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹਾਂ ਅਤੇ ਪਿੰਡ ਦੇ ਵਿੱਚ ਹਰ ਸਾਲ ਵਿਦੇਸ਼ਾਂ ਤੋਂ ਆ ਕੇ ਤੁਸੀਂ ਹਲਟ ਦੌੜ ਦਾ ਖੇਡ ਮੇਲਾ ਕਰਾਉਂਦੇ ਹਾਂ ਅਤੇ ਪੰਜਾਬੀ ਵਿਰਸੇ ਨਾਲ ਜੁੜਿਆ ਹੋਇਆ ਰਾਗ ਜਿਹੜਾ ਆ ਅਲਗੋਜਿਆਂ ਵਾਲਾ ਉਹ ਖੇਡ ਮੇਲੇ ਤੋਂ ਇੱਕ ਦਿਨ ਪਹਿਲਾਂ ਕਰਾਉਂਦੇ ਹਾਂ। ਅਸੀਂ ਬਹੁਤ ਬਹੁਤ ਤੁਹਾਡਾ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਘੁੰਮਣ ਲਾਈਵ ਟੀ ਵੀ ਵਾਲਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹਦੀ ਸਾਡੇ ਮੇਲੇ 'ਤੇ ਵੀ ਆਣ ਕੇ ਲੋਕਾਂ ਨੂੰ ਲਾਈਵ ਦਿਖਾ ਲਿਆ ਅਤੇ ਹੁਣ ਸਾਡੇ ਘਰ ਦੇ ਵਿੱਚ ਵੀ ਆ ਕੇ ਜਿੱਦਾਂ ਸਾਨੂੰ ਇੰਟਰਵਿਊ ਕੀਤੀ, ਇਹਨਾਂ ਦਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ। ਘੁੰਮਣ ਲਾਈਵ ਟੀ ਵੀ ਵਾਲਿਆਂ ਦਾ ਹੋਰ ਬੜੇ ਭਾਈ ਸਰਦਾਰ ਕਸ਼ਮੀਰ ਸਿੰਘ ਬੱਦੀ ਜਗੀਰ ਦਾ ਇਹਨਾਂ ਦਾ ਵੀ ਬਹੁਤ ਬਹੁਤ ਧੰਨ ਕਰਦਾ। ਛੱਡ ਕੇ ਅਮੂ ਦੇ ਤੁਰ ਜਾਂਦੀ ਇੱਕ ਛੱਡ ਕੇ ਅਮੂ ਦੇ ਤੁਰ ਜਾਂਦੀ ਇੱਕ ਮੈਨੂੰ ਕੋਈ ਰੋਕ ਨਹੀਂ ਸਕਦਾ ਜਦ ਮੈਂ ਕੋਲਾਰੀਆ ਮੋਰਾ ਕੋਲਾਰੀਆ ਮੋਰਾ ਬੇਹਮਾਨਾ।